Welcome back Dubro channel guys, after so long time camera chakya ne pata nahi lag raha ki bolna ki nahi bolna. I think try ta kar rahe hain ki YouTube channel nu main continue rakhan, lekin kuch conditions kuch time allow nahi karda. Lekin aaj bahut bada reason hai ki special vlog bana raha hai main, chahe chota ja vlog banawa kyunki apna dost aa Dubai de vich. Tusi normally YouTube apna vlog de vich dekhya hona nu hamesha पिंडर नाम अपने भाई का, तो अज उहदा बर्थडे आ, तो स्पैशल मतलब ये ब्लॉग मैं बना रहा, ठीक है? तो ज़्यादा लंबा नहीं, छोटा जा भी की फन करते हैं. आज रात दे हो गया, टाइम हो गया 8:40 हो गया, ठीक है? तो चलो मिलते हैं थोनों नाले, अपने यार नूं मिलाने आ, वेट कर देना सैलून ते. काफ़ी गल्ला ने आ ब्लॉग तो बाद, फिर मैं एक ब्लॉग दे विच दसांगे कि मतलब होया क्यों इन्नी ज़्यादा बिजी लाइफ जा रही है, ते जां काम करके जां कुछ होर कंडीशनस ने जां टर है ना प्रॉब्लम्स ने जो भी है लाइफ का फंडा, थोनों पता अजकल चल रहा की है ना दुनिया से. तो होर सब ठीक है, तुसीं भी अपना ख्याल रखो ते असीं भी अपना ख्याल रखते हैं. तो हम आप मिलते हैं सलून से जाके. ओके, छोटा भरा सलीम वो थले वेट करते हैं. ओके कैमरा लैन लिए मैं आया सी, ठीक है? तो कैमरा हम आप चक लिया, व्लॉग स्टार्ट करता, तो सारी रात व्लॉग ही बनूगा. बैठा जी का बर्थडे है, करो की कह के तुरै सी मैं कि बंदे का बर्थडे है, वो बंदे ने थोनू मिला दा मैं. ए अपना डॉन हैप्पी बर्थडे भाई. थैंक यू भाई. तुम भी करू मिलना, यह बंदा लेके आया है बंदे नू. अड्डे तो असं पहुँच गए, तो प्रोग्राम सैट करते हैं, ज्यों ज्यों सैट होता जाऊगा तो बर्थडे का भाई का फिर आप मतलब पूरा तरीके इंजॉय करते जावे, ठीक है भाई? कुछ बोलना बंदे नूं आपां आफ्टर लॉन्ग टाइम, आफ्टर लॉन्ग टाइम रोल लगे बहुत ज्यादा जिते धरती खत्म होंगी उत्थे जाके रहता है. अरे दूजा डॉन अपने कदों आना? दूजा बंदा साडा हुण भाई नौ नहीं आउंदा, बस ਸਾਡੀ ਇੱਕ ਹੀ ਪਾਰਟੀ ਹੁੰਦੀ ਆ, ਤੁਹਾਨੂੰ ਪਤਾ ਲੱਗ ਗਿਆ ਨੇ ਥੋੜੇ ਟਾਈਮ ਤੱਕ. ਹੋਰ ਬਾਈ ਇੰਨਾ ਟਾਈਮ ਮਤਲਬ ਕਿੱਦਾਂ, ਕਰੋਨਾ ਕਿੱਦਾਂ ਰਿਹਾ, ਮਤਲਬ ਵਧੀਆ ਚੱਲਿਆ ਬਾਈ? ਜੌਬ ਕਿੱਦਾਂ ਰਹੀ? ਵਧੀਆ ਜੌਬ ਚੱਲੀ ਜਾਂਦਾ ਹੈਗਾ, ਵਧੀਆ ਚੱਲਿਆ ਨਾ? ਵਧੀਆ ਰਹੋ, ਵਧੀਆ ਰਹੋ, ਜਾਨ ਨਾ ਰਹੋ, ਸੇਫ ਰਹੋ, ਅਜੇ ਵੀ ਰਹੋ ਸੇਫ. ਕਈਆਂ ਲੋਕਾਂ ਨੂੰ ਇਹ ਲੱਗਦਾ ਵੀ ਖਤਮ ਹੋ ਗਿਆ, ਕਰੋਨਾ ਖਤਮ ਹੋ ਗਿਆ, ਹੁਣ ਤਾਂ ਮੈਨੂੰ ਇਹ ਲੱਗੇ ਕਿ ਲੈਕਚਰ ਬਹੁਤ ਵੱਡਾ ਦਿੰਦਾ. ਇਹ ਗੱਲਾਂ ਨਹੀਂ ਕੱਟਣੀਆਂ, ਬਸ ਇਹ ਵਲੌਗ ਅੱਜ ਬਾਈ ਦੇ ਨਾਲ ਆ ਬਸ, ਠੀਕ ਹੈ ਨਾ? ਅੱਜ ਬਾਈ ਜੋ ਵੀ ਪ੍ਰਵਚਨ ਕਰੂਗਾ ਕਰ ਮਤ ਬਾਈ, ਪ੍ਰਵਚਨ ਮੈਂ ਪੀ ਜਾਣਾ. ਇੱਕ ਮਿੰਟ ਯਾਰ, ਬਾਅਦ ਚ ਮਿਲਦੇ ਆ. ਸ਼ੈਡੀ ਦਾ ਆ ਗਿਆ, ਤੂੰ ਵੀ ਜਵਾਨ ਚੱਲੇ. ਹਾਂ ਸ਼ੈਡੀ, ਹਾਂ ਮੈਂ ਪਹੁੰਚ ਗਿਆ ਬਾਈ ਹੁਣੀ, ਉਹ ਇੱਧਰ ਨੂੰ ਲੈ ਚੱਲੇ ਆ ਜਵਾਨ ਨੂੰ. ਹੈ ਮੈਨੂੰ ਬਚਾ ਲਾ ਯਾਰ. जो असी कट्ठे होने मोस्ट ऑफ टाइम, जो भी असी कट्ठे होइए असी जाने अजमान, तो
ਅਜਮਾਨ ਜਿਹੜੇ ਜਿਹੜੇ ਵੀਡੀਓ ਦੇਖਦੇ ਹੋਣਗੇ ਦੁਬਈ ਵਾਲੇ ਉਹਨਾਂ ਨੂੰ ਪਤਾ ਹੀ ਹੋਣਾ ਵਾ ਅਜਮਾਨ ਆਪਾਂ ਕੀ ਕਰਨ ਚਾਹੀਦਾ ਕੀ ਤੇਰੇ ਨਹੀਂ ਨਾ ਕਰ ਲਗਾ ਨਾ ਵੀ ਤੇਰੇ ਦਾਰੂ ਲੰਘਦੇ ਨਹੀਂ ਨਾ ਮੈਂ ਭੈਣ ਚੋ ਮੂੰਹ ਪੈ ਕਲੱਬਾਂ 'ਚ ਜਾ ਕੇ ਬੜੀਆਂ ਦਾਰੂ ਪੀ ਹੋ ਜਾਂਦੀਆਂ ਆਹੋ ਕਲੱਬਾਂ 'ਚ ਕਲੱਬਾਂ 'ਚ ਮੈਂ ਸਭ ਜਾਣਦਾ ਮੈਂ ਵੀਡੀਓ ਦੇਖਦਾ ਆ ਜਾ ਤੂੰ ਆ ਜਾ ਮੈਂ ਤੇਰੀ ਲੈਣਾ ਕਲਾਸ ਆ ਜਾ ਤੂੰ ਇੱਕ ਮਿੰਟ ਆ ਗਿਆ ਭਾਈ ਆ ਜਾ ਆ ਜਾ ਕਿੱਥੇ ਆ ਗਿਆ ਆ ਤਾਂ ਤੁਰ ਕੇ ਕਰੂੰ ਉਹਨੂੰ ਜਿੰਮ ਛੱਡ ਕੇ ਆ ਗਏ ਅਸੀਂ ਟੈਕਸੀ ਬਾ ਠੀਕ ਆ ਜਾਨੂੰ ਤਾਂ ਬਹੁਤ ਟਾਈਮ ਅਸੀਂ ਮੁੜਿਆ ਹੋਣਾ ਉਹ ਬਹੁਤ ਆ ਗਿਆ ਆ ਗਿਆ ਆ ਗਿਆ ਓਏ ਕੌਣ ਆ ਗਿਆ ਆ ਗਿਆ ਇਹ ਇੱਕ ਮੈਨੂੰ ਵੀ ਥੋੜਾ ਇੰਟੈਂਸ਼ਨ ਸੀਗੀ ਕਿ ਯਾਰ ਅੱਜ ਵਲੌਗ ਬਣਾਈਏ ਇੱਕ ਤਾਂ ਮੇਨ ਜੋ ਮੇਨ ਮੋਟਿਵ ਸਾਡਾ ਬਾਈ ਦਾ ਬਰਥਡੇ ਆ ਦੂਜਾ ਕੀ ਆ ਕਿ ਯਾਰ ਟੈਨਸ਼ਨ ਭਰੀ ਲਾਈਫ ਜੀ ਚੱਲਦੀ ਹੈ ਬਿਜ਼ੀ ਲਾਈਫ ਚੱਲਦਾ ਹੈ ਨਾ ਬਿਜ਼ੀ ਸ਼ੈਡਿਊਲ ਚੱਲਦਾ ਬਹੁਤ ਜ਼ਿਆਦਾ ਤੇ ਥੋੜ੍ਹਾ ਜਿਹਾ ਨਹੀਂ ਉਹ ਤਾਂ ਸੌਂਦਾ ਹੀ ਹੈ ਉਹਦੀ ਬਿਜ਼ੀ ਆ ਉਹ ਸੌਂਡ 'ਚ ਕੱਢ ਦਿੰਦਾ ਸਾਰੀ ਲਾਈਫ ਤੇ ਬੰਦਾ ਇਹ ਵੀ ਥੋੜ੍ਹਾ ਜਿਹਾ ਸਾਨੂੰ ਜਿਹੜੇ ਆ 8-10 ਘੰਟੇ ਮਿਲਣੇ ਆ ਇੰਜੋਏ ਕਰਨ ਲਈ ਫਨ ਕਰਨ ਲਈ ਉਹ ਸ਼ਾਇਦ ਅਸੀਂ ਕੱਢ ਲਈਏ ਹੈ ਨਾ ਤਾਂ ਕਰਕੇ ਮੇਨ ਮਤਲਬ ਇਹ ਮੁੱਦਾ ਸੀ ਇੱਕ ਚੱਕਿਆ ਚ ਹੈ ਨਾ ਬਾਈ ਹੋਰ ਕੀ ਥੋੜਾ ਜਿਹਾ ਰਿਲੈਕਸ ਮਾਈਂਡ ਰਿਲੈਕਸ ਹੋ ਜੂ ਸਾਡਾ ਹੈ ਨਾ ਤੇ ਕਿਉਂ ਪਿੰਡਰਾ ਬਾਈ ਮੇਰਾ ਮਾਈਂਡ ਜਾ ਰਿਲੈਕਸ ਹੁੰਦਾ ਗੱਡੀ ਜੀ ਘਰਾਣੇ ਵੱਜਦੇ ਪਿੰਡਰਾ ਕਿੰਨੇ ਵਜੇ ਡਿਊਟੀ ਆ ਤੇਰੇ ਸਵੇਰੇ ਬਾਈ ਸਵੇਰੇ 3 ਵਜੇ ਡਿਊਟੀ ਆ ਆਪਾਂ ਨੂੰ ਪਾਰਟੀ ਕਰਦੇ ਨੇ ਕਿੰਨੇ ਵੱਜਣੇ ਆ 2 ਤੋਂ 3 ਵੱਜਣੇ 3 ਹੀ ਵੱਜਣੇ 9 ਵਜੇ ਆ ਹੁਣ ਹਾਂ 3 ਆਪਾਂ ਵਜਾ ਦੇਣੇ ਆ 3 ਵਜੇ ਆਪਾਂ ਡਿਊਟੀ ਕਰਨੀ ਆ ਠੀਕ ਆ ਡਿਊਟੀ ਦੇ ਪੂਰੇ ਪਾਬੰਦ ਹੋ ਗਏ ਇੱਕ ਛੋਟਾ ਜਿਹਾ ਕੁਐਸਚਨ ਮੇਰਾ ਰਹਿ ਗਿਆ ਸੀ ਪਿੰਡਰ ਨੂੰ ਪੁੱਛਣ ਲਈ ਪਿੰਡਰਾ ਹਾਂਜੀ ਬਾਈ ਲਾਈਟ ਲਾਈਆਂ ਦੇ ਫੋਨ ਦੇ ਇਤਰੋਂ ਹਨੇਰਾ ਪੈਂਦਾ ਲੈ ਬਾਈ ਹਾਂ ਕਿੰਨੇ ਸਾਲ ਹੋ ਗਿਆ ਬਾਈ ਤੂੰ ਤੈਨੂੰ ਕਿੰਨਵਾਂ ਸਾਲ ਲੱਗ ਗਿਆ 23ਵਾਂ ਲੱਗ ਗਿਆ 23ਵਾਂ ਸਾਲ ਲੱਗ ਗਿਆ ਲੱਗਾ 28ਵਾਂ ਬੋਤਾ ਹੋਇਆ ਓ 28ਵਾਂ ਲੱਗ ਗਿਆ ਓ ਜਾ 93 ਤੋਂ ਹਿਸਾਬ ਲਾ ਲਾ ਮੈਨੂੰ ਆਏ ਤਾਂ ਮੇਰਾ 95 ਤੋਂ ਲਾ ਲਾ ਲੈ ਫਿਰ 90 ਤੋਂ ਲਾ ਲਾ ਆ 90 ਤੇ 90 ਤੋਂ ਲਾ ਲਾ 3 ਸਾਲ ਕੱਟੇ 3 ਸਾਲ ਪਿੰਡਰ ਲਈ 3-4 ਸਾਲ ਤਾਂ ਇਧਰ ਉਧਰੋਂ ਹੀ ਆ ਮਤਲਬ 0 ਹੀ ਆ ਅਸੀਂ ਪਹੁੰਚ ਗਏ ਜਿੱਥੇ ਆਉਣਾ ਸੀਗਾ ਪ੍ਰੋਪਰ ਤੇ ਤੁਹਾਨੂੰ ਥੋੜਾ ਜਿਹਾ ਮੈਂ ਸ਼ਾਰਟ ਦਿਖਾ ਦਾਂ ਕੀ ਨਾਮ ਕੀ ਹੈ ਉਹ ਵਾਲਾ ਏਰੀਆ ਉਹ ਅਜਮਾਨ ਯੂਨੀਸੈਟ ਤੇ ਕੰਮ ਆਪਣਾ ਹੋ ਗਿਆ ਖਤਮ ਠੀਕ ਹੈ ਜੀ ਜੋ ਚੀਜ਼ ਚਾਹੀਦੀ ਸੀ ਪਿੰਡਰ ਸੈਟੀਸਫਾਈ ਆਪਾਂ ਹਨ ਹਾਂ ਬਾਈ ਵੀ ਆਰ ਹੀਡਿੰਗ ਨਾਉ ਹਾਊਸ ਅਪਾਰਟਮੈਂਟ ਤੇ ਜਾ ਕੇ ਫਿਰ ਅਸੀਂ ਆਪਦਾ ਕਰਦੇ ਹਾਂ ਫਨ ਸ਼ਾਟ ਪੀਨਾਟ 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 ਤੇ ਇੱਥੇ ਬੰਗਾਲੀ ਭਾਈ ਖੜੇ ਰੁਪਈਏ ਰੁਪਈਏ ਦਾ ਪੀਨਾਟ ਪੀਨਾਟ ਦੇ ਰਹੇ ਨੇ ਉਹ ਤੇ ਨਾਉ ਵੀ ਆਰ ਹੀਡਿੰਗ ਟੂ ਅਗੇਨ ਅਲਗਸਿਸ ਅਲਫਾ ਜ਼ੋਨ ਜ਼ੈਨ ਸਲੂਨ ਕੇਕ ਤਾਂ ਲਿਆ ਨਹੀਂ ਆਪਾਂ ਚੱਕ ਲੈਣ ਜਾਂਦੇ ਹੋਏ ਬਾਈ ਦਾ ਕੇਕ ਫੜਨਾ ਬਹੁਤ ਜ਼ਰੂਰੀ ਆ ਨਹੀਂ ਤਾਂ ਇਹਨੇ ਸਾਡੀਆਂ ਗਰਦਨਾਂ ਲਾ ਦੇਣੀਆਂ ਮੈਂ ਬਾਈ ਦੱਸ ਲੈ ਕੀ ਨਹੀਂ ਲਾਉਂਦਾ ਬਾਈ ਰਾਤੀ ਬਾਈ 1:30 ਵਜੇ ਤੂੰ ਕਿੱਦਾਂ ਲਿਆ ਫੋਨ ਕਰਦਾ ਹੈ ਅੱਲਾ ਦੇ ਲਾ ਫਿਰ ਭਾਈ ਪਿਆਰ ਦਾ ਬੈਠੇ ਭੈਣ ਜੋ ਤੇਰਾ ਸਟੇਟਸ ਇਹ ਅਸੀਂ ਤਾਂ ਮੈਂ ਕਿਹਾ ਬਾਈ ਇਹਦਾ ਬਰਥਡੇ ਲੰਘ ਗਿਆ ਭੈਣ ਜੋ ਇਦਾਂ ਕਿਵੇਂ ਹੋ ਗਿਆ ਹਾਂ ਰਾਤੀ ਫਿਰ ਇੰਡੀਆ ਦੇ ਹਿਸਾਬ ਨਾਲ ਬੰਦੇ ਕਰੀਏ ਨਾ ਫੋਨ ਕਰੀ ਜਾਂਦੇ ਹੀਗੇ ਰਾਤ ਮੈਂ ਸੁੱਤਾ ਹੀ ਨਹੀਂ ਫਿਰ ਅਸੀਂ ਜਦ ਹੀ ਫੋਨ ਲਾਇਆ ਮੈਂ ਕਿਹਾ ਬਾਈ ਚੱਲ ਇਹਨੂੰ ਲੈਣ ਚੱਲੀ ਅਸੀਂ ਰੈਡੀ ਸੀ ਪੱਕੀ ਗੱਲ ਮੈਂ ਕਿਹਾ ਕਹਿੰਦਾ ਯਾਰ ਭੈਣ ਚੋਂ ਬਾਈ ਦਾ ਬਰਥਡੇ ਲੰਘ ਗਿਆ ਯਾਰ ਆ ਤਾਂ ਬੜੀ ਫੁੱਦੂ ਗੱਲ ਹੋ ਗਈ ਹਨਾ ਤੇ ਮਨਾਉਣਾ ਯਾਰ ਆਪਾਂ ਤਾਂ ਤੇ ਲਾਇਆ ਫੋਨ ਜਦ ਹੀ ਫਿਰ ਬਾਈ ਨੂੰ ਸੁੱਤਾ ਹੋਈ ਦੇਖਿਆ ਮੈਂ ਕਿਹਾ ਫੋਨ ਆਉਣ ਡਿਆ ਇਸ ਵੇਲੇ 1:30 ਵਜੇ ਸੀ 1:30 ਉਦੋਂ 1:30 ਵਜੇ ਹਾਂ 1:30 ਵਜੇ ਸੀ ਤੇ ਹੁਣ ਬਾਈ ਕਰਦੇ ਆ ਬਾਈ ਲਈ ਕੇਕ ਤੇ ਗਿਫਟ ਬਾਈ ਲਈ ਬਾਈ ਕੀਤਾ ਪਿਆ ਵਾ ਦੇ ਦੇ ਨੂੰ ਪਸੰਦ ਆਉਂਦਾ ਨਹੀਂ ਆਉਂਦਾ ਕਿਆ ਥੋੜਾ ਲੁੱਟਣਾ ਪੈਣਾ ਜਾਏ ਜਾ ਮਰਦੀ ਆ ਰੱਖਣਾ ਹੀ ਪੈਣਾ ਹੁਣ ਗਿਫਟ ਰੱਖਣਾ ਹੀ ਪੈਣਾ ਵਾ ਇਦਾਂ ਨਹੀਂ ਗਿਫਟ ਵਧੀਆ ਖਰੀਦੇ ਵਾ ਪਸੰਦ ਆਊਗਾ ਪੱਕਾ
ਚਲ ਠੀਕ ਹੈ ਦੇਖ ਲੈਣਾ ਜਦੋਂ ਆਪਾਂ ਰਿਵੀਲ ਕਰਾਂਗੇ ਗਿਫਟ ਵੀ ਉਦੋਂ ਆਪਾਂ ਦੇ ਦਿੰਦੇ ਆ ਬਾਈ ਦੇ ਐਕਸਪ੍ਰੈਸ਼ਨ ਹਨਾ ਮੈਨੂੰ ਪਤਾ ਨਹੀਂ ਕਹਿਣਾ ਤਾਂ ਵਧੀਆ ਹੀ ਆ ਕੋਈ ਰਾਸਤਾ ਹੀ ਹੈ ਨੀ ਮਾੜਾ ਕਹਿ ਕੇ ਦਿਖਾ ਦੇ ਚਲੋ ਜੀ ਮਿਲਦੇ ਹੁਣ ਆਪਾਂ ਆਪਣੇ ਘਰੇ ਜਾ ਕੇ ਫਰੈਸ਼ ਕਾਰਡ ਤੋਂ ਕੇਕ ਮਿਲਿਆ ਨੀ ਉੱਥੋਂ ਅਸੀਂ ਆ ਗਏ ਹਾਂ ਬਾਈ ਗੱਡੀ ਡਰਾਈਵ ਕਰਕੇ ਰੱਬ ਕਰੇ ਤੁਹਾਡਾ ਭਲਾ ਬਾਈ ਕਿਹੜੀ ਜਗ੍ਹਾ ਹੈ ਦੂਜੀ ਫਰੈਸ਼ ਕਾਰਡ 'ਤੇ ਠੀਕ ਆ ਅਤੇ ਇਹਨੂੰ ਕਰ ਲਈਏ ਤੁਹਾਨੂੰ ਡਾਊਨ ਕਰਕੇ ਦਿਖਾ ਦਈਏ ਪਾਰਕਿੰਗ ਸਾਨੂੰ ਮਿਲੀ ਨਹੀਂ ਅਤੇ ਬਾਈ ਗਿਆ ਹੋਇਆ ਛੋਟਾ ਲੈਣ ਉਹਦੇ ਅੰਦਰ ਵੜ ਕੇ ਫੋਟੋ ਸੈਸ਼ਨ ਹੋ ਰਿਹਾ ਮਤਲਬ ਘੁੰਮੇ ਛੁੰਮੇ ਕਰਕੇ ਆ ਗਿਆ ਬਾਹਰੋਂ ਅਜਮਾਨ ਗਏ ਸੀ ਫਿਰ ਥੋੜ੍ਹਾ ਕੇਕ ਸ਼ੇਕ ਬਾਈ ਕੀਤਾ ਪਿਆ ਉਹ ਪਿਆ ਠੀਕ ਆ ਕੇਕ ਕੱਟ ਹੋਣਾ ਬਾਈ ਦਾ ਇੱਥੇ ਹੀ ਅਲਫਾ ਜ਼ੋਨ ਜ਼ੈਨ ਸਲੂਨ ਦੇ ਉੱਤੇ ਫੋਟੋ ਗੱਲ ਕਹੋ ਨੀ ਅੱਜ ਕੱਪੜੇ ਜਿਹੜੇ ਪਾਇਆ ਨੇ ਮੈਨੂੰ ਬਾਬਾ ਰਾਮ ਰਹੀਮ ਦੀ ਯਾਦ ਆ ਗਈ ਬਾਬਾ ਵੀ ਸੋਚਣ ਡਿਆ ਕੱਪੜੇ ਪਾ ਕੇ ਕੀ ਫੀਲ ਕਰਨ ਡਿਆ ਅੱਜ ਆਹ ਚੀਜ਼ਾਂ ਨੇ ਜਿਹੜੀ ਕਾਤਲ ਬਚਾਈ ਨਾ ਬੁਰੀ ਭੈਣ ਦੌਰ ਹੀ ਲਿਆ ਦੌਰ ਹੀ ਲਿਆ ਬੰਦੇ ਦਾ ਰੰਗ ਹੀ ਘੋਰਾ ਨਹੀਂ ਤਾਂ ਜਗਾਂਡਾ ਆਹ ਸ਼ੈਰੀ ਨੂੰ ਦੇ ਦੀ ਉਹਨੇ ਚੱਲਣ ਐਵੇਂ ਉੱਤੋਂ ਤੋਂ ਨਾ ਕਰੀ ਜਾਂਦਾ ਰਹਿਣ ਦੋ ਸਾਡਾ ਪਲਾਨ ਤਾਂ ਸੀਗਾ ਵੀ ਕੇਕ ਅਸੀਂ ਕੱਟੀਏ ਸਲੂਨ ਤੇ ਲੇਕਿਨ ਸਾਡੇ ਕੁਛ ਬੰਦੇ ਆ ਸਾਨੂੰ ਧੋਖਾ ਦੇ ਗਏ ਕਿਉਂ ਪਿੰਡਰ ਕਿੰਨੇ ਵਜੇ ਟਾਈਮ ਦਿੱਤਾ ਸੀ ਇਹਨਾਂ ਨੇ ਬਾਰਾਂ ਵਜਣ ਨੂੰ ਆ ਗਏ ਬੰਦੇ ਦਾ ਇੱਕ ਦਿਨ ਲੇਟ ਹੋ ਜਾਣਾ ਬੰਦੇ ਨੇ ਤੇ ਆਹ ਪਿਆ ਕੇਕ ਲੱਗਿਆ ਕੱਟਣ ਅਸੀਂ ਫਿਰ ਹੈਪੀ ਬਰਥਡੇ ਟੂ ਯੂ ਕਰਾਂਗੇ ਬੰਦਾ ਇਹਦਾ ਇਹਦਾ ਬਰਥਡੇ ਸੀ ਤੇ ਇੱਕ ਬੰਦਾ ਇਹਦਾ ਬਰਥਡੇ ਬੰਦਾ ਆਪਣੇ ਬੱਲੀ ਬਾਈ ਦਾ ਹਾਂ ਤੇ ਕੇਕ ਹੋ ਗਏ ਸਾਡੇ ਕੋਲ ਇਕੱਠੇ ਦੋ ਇੱਕ 38 ਸਾਲਾਂ ਦਾ ਮੁੰਡਾ ਤੇ ਇੱਕ 22 ਸਾਲਾਂ ਦਾ 22 ਸਾਲਾਂ ਦਾ ਆਪਣਾ ਗੈਂਗ ਹੋ ਗਿਆ ਇਕੱਠਾ ਚੱਲ ਬਈ ਚਲੋ ਰਜਾਈ ਦਾ ਚੱਕ ਲਾ ਯਾਰ ਤੂੰ ਕੀ ਯਾਰ ਸਨਾਈਪਰ ਬਣਿਆ ਫਿਰ ਬਾਈ ਹੈ ਨਾ ਮੁੰਡਾ ਮਾਸੀ ਦਾ ਚੱਲ ਹੈਪੀ ਬਰਥਡੇ ਭਾਈ ਬਾਈ ਰਾਤ ਕੀ ਹੋ ਗਿਆ ਪਿੰਡ ਭਾਈ ਹੈਪੀ ਬਰਥਡੇ ਫੜ ਦੇ ਫੜ ਦੇ ਬਾਈ ਲੋੜ ਸੀ ਬਾਈ ਇਹ ਤਾਂ ਬਾਹਲੀ ਲੋੜ ਸੀ ਜਵਾਬ ਹੀ ਦੇਖਣਾ ਵਧੀਆ ਚੀਜ਼ ਹੋਊਗੀ ਪਸੰਦ ਆ ਪਸੰਦ ਆੋਲ ਕੀ ਪਤਾ ਮੇਰੇ ਨਾਮ ਪਾ ਜਾਵੇ ਆਹੋ ਨਹੀਂ ਨਹੀਂ ਬਾਈ ਇੱਥੇ ਕੋਈ ਨੀ ਇੱਧਰ ਲੋੜ ਵੀ ਦੇਈਦਾ ਉਹਦਾ ਕੇਕ ਕੱਟ ਹੋ ਗਿਆ ਹੁਣ ਬੱਲੀ ਬਾਈ ਦੀ ਵਾਰੀ ਆ ਠੀਕ ਆ ਆ ਚੱਲ ਬਈ ਕਦੇ ਕਰੋ
फिर एक नाम ब्लॉग रेडी होगा।